ਹਾਂਜੀ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾ 7ਵੀਂ ਵਾਲਿਆਂ ਦਾ ਜਿਹੜਾ ਸਤੰਬਰ ਪੇਪਰ ਹੋਣ ਜਾ ਰਿਹਾ ਹੈ ਉਸਦੇ ਕੁਐਸਚਨ ਵਿਦ ਸੋਲੂਸ਼ਨ ਦੇਖਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਪੇਪਰ ਦਾ ਜਿਹੜਾ ਸੋਲੂਸ਼ਨ ਹੈ ਇਸ ਚੈਨਲ ਤੇ ਅਪਲੋਡ ਕੀਤਾ ਜਾਂਦਾ ਹੈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਲਾਈਕ ਕਮੈਂਟ ਜ਼ਰੂਰ ਕਰਿਓ ਚਲੋ ਆਪਾਂ ਫਰਸਟ ਕੁਐਸਚਨ ਕਰਦੇ ਹਾਂ ਸਾਰੇ ਕੁਐਸਚਨ ਬੱਚੇ ਇੰਪੋਰਟੈਂਟ ਨੇ ਇਹਨਾਂ ਦੇ ਵਿੱਚ ਕੋਈਸ ਨੂੰ ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਪੌਤੀ ਕਾਲੇ ਦਵਾਲੇ ਨੂੰ ਕੀ ਆਖਦੇ ਹਨ ਤਾਂ ਕੀ ਆਖਦੇ ਹਨ ਜੀਵ ਮੰਡਲ ਤਾਂ ਆਪਾਂ ਕਿਸੇ ਇੱਕ ਕਰਾਂਗੇ ਜੀਵ ਮੰਡਲ ਤੇ ਠੀਕ ਹੈ ਤਾਂ ਤੁਸੀਂ ਇੱਥੇ ਇੱਥੇ ਟਿਕ ਲਾਣਾ ਹੈ ਕਿਹੜੀ ਮਿੱਟੀ ਨੂੰ ਰੈਗੜ ਮਿੱਟੀ ਵੀ ਕਿਹਾ ਜਾਂਦਾ ਹੈ ਤਾਂ ਲਾਲ ਮਿੱਟੀ ਨੂੰ ਰੈਗੜ ਮਿੱਟੀ ਵੀ ਕਿਹਾ ਜਾਂਦਾ ਹੈ ਭਾਰਤ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਜਲੋੜ ਮਿੱਟੀ ਪਾਈ ਜਾਂਦੀ ਹੈ ਤਾਂ ਬੱਚੇ ਮੈਨੂੰ ਇਹਦਾ ਕਨਫਰਮ ਨਹੀਂ ਹੈਗਾ ਵੈਸੇ ਮੈਨੂੰ 55 ਪਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਨੈਕਸਟ ਲੱਗ ਜੀ ਹਵਾ ਵਿੱਚ ਸਭ ਤੋਂ ਘੱਟ ਮਾਤਰਾ ਕਿਸ ਗੈਸ ਦੀ ਹੁੰਦੀ ਹੈ ਤੇ ਆਰਗਨ ਦੀ ਜਿਹੜੀ ਕਿ ਸਭ ਤੋਂ ਘੱਟ ਮਾਤਰਾ ਹੁੰਦੀ ਹੈ ਵਾਯੂ ਮੰਡਲ ਦੀ 99% ਹਵਾ ਕਿੰਨੇ ਕਿਲੋਮੀਟਰ ਘੇਰੇ ਨਾਲ ਜਿਹੜੀ ਕਿ ਹੁੰਦੀ ਆ ਉਹ ਤਾਂ 32 ਕਿਲੋਮੀਟਰ ਘੇਰੇ ਨਾਲ ਜਾਂਦੀ ਹੈ ਅਗੇ ਹਵਾ ਵਿੱਚ ਨਾਈਟ੍ਰੋਜਨ ਗੈਸ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ਤਾਂ 70% ਜਿਹੜੀ ਕਿ ਨਾਈਟ੍ਰੋਜਨ ਗੈਸ ਦੀ ਮਾਤਰਾ ਹੁੰਦੀ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਦੇਸ਼ ਭਾਰਤ ਦਾ ਗੁਆਂਢੀ ਦੇਸ਼ ਨਹੀਂ ਹੈਗਾ ਤਾਂ ਬਾਕੀ ਸਾਰੇ ਹੈਗੇ ਨੇ ਫਰਾਂਸ ਦੇਸ਼ ਨਹੀਂ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਸ਼ਟਰ ਕੁੱਟ ਵਾਂਛੀ ਦਾ ਸ਼ਾਸਕ ਨਹੀਂ ਸੀਗਾ ਤਾਂ ਇਸ ਦਾ ਆਨਸਰ ਆਏਗਾ ਹੈ ਕ੍ਰਿਸ਼ਨ ਪਹਿਲਾ ਅਮੋਗਵਰ ਜਾਂ ਤ੍ਰੂਵੀ ਰਾਜਪਾਲ ਤਾਂ ਤੁਸੀਂ ਇਸ ਦਾ ਕਨਫਰਮ ਕਰਕੇ ਦੱਸਣਾ ਹੈ ਕਿ 9th ਦੇਖਦੇ ਆ ਚੋਲ ਰਾਜ ਪ੍ਰਬੰਧ ਸਮੇਂ ਹਰੇਕ ਪਿੰਡ ਦੀਆਂ ਕਿੰਨੀਆਂ ਸੁਭਾਵਾਂ ਹੁੰਦੀਆਂ ਹਨ ਚਾ ਇਸ ਦਾ ਜਿਹੜਾ ਆਨਸਰ ਹੈਗਾ ਹੈ 8ਵੇਂ ਦਾ ਉਹ ਰਾਜਪਾਲ ਹੋ ਸਕਦਾ ਹੈ ਤਾਂ ਤੁਸੀਂ ਰਾਜਪਾਲ ਲਗਾ ਕੇ ਆ ਸਕਦੇ ਹੋ ਵੈਸੇ ਕਨਫਰਮ ਕਰ ਲਿਓ ਤੇ 9th ਕੁਐਸਚਨ ਦਾ ਜਿਹੜਾ ਕਿ ਤਿੰਨ ਹੁੰਦੀਆਂ ਇਹ ਤਾਂ ਤੁਸੀਂ ਇਸ ਤੇ 3 ਲਗਾ ਕੇ ਆਣਾ ਹੈ ਕুতਬ ਮੀਨਾਰ ਦੀ ਸਾਰੀ ਕਿਸ ਨੇ ਕਰਵਾਈ ਸੀਗੀ ਤਾਂ ਕুতਬ ਮੀਨਾਰ ਦੀ ਸਾਰੀ ਕਿਸ ਨੇ ਗਈ ਕুতਬ ਉਦਿਨ ਆਬਕਨ ਠੀਕ ਹੈ ਨੈਕਸਟ ਹੈਗਾ ਹੈ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਸੀਗੀ ਉਹ ਤੁਸੀਂ ਦੇਖ ਸਕਦੇ ਹੋ ਕਿੰਨੇ ਨੂੰ ਹੋਈ ਸੀਗੀ ਤਾਂ ਤੁਸੀਂ ਉਸ ਦਾ ਕਨਫਰਮ ਕਰ ਲਿਓ ਅੱਗੇ ਜਹਾਂਗੀਰ ਨੇ ਕਿਸ ਨਾਲ ਵਿਆਹ ਕਰਵਾਇਆ ਹੋਇਆ ਸੀ ਤਾਂ ਉਸ ਨੇ ਕਿਸ ਨਾਲ ਕਰਾਇਆ ਸੀ ਨੂਰਾ ਜਹਾਨਾ ਠੀਕ ਹੈ ਨੈਕਸਟ ਹੈਗਾ ਰਜਿੰਦਰ ਦੀ 18/18 ਸੈਲ ਹੈ ਵੋਟ ਬਣਾਉਣ ਲਈ ਕਿਸ ਦੇ ਕੋਲ ਜਾਵੇਗਾ ਸਰਪੰਚ ਬੀਐਲਓ ਜਾਂ ਮੁੱਖ ਮੰਤਰੀ ਚੋਣ ਕਮਿਸ਼ਨ ਕੋਲ ਅੱਗੇ ਹੈਗਾ ਲੋਕਤੰਤਰ ਦਾ ਆਰੰਭ ਕਿੱਥੇ ਹੋਇਆ ਸੀਗਾ ਤਾਂ ਤੁਸੀਂ ਇਸ ਦਾ ਵੀ ਜਿਹੜਾ ਕੁਐਸਚਨ ਹੈ ਉਹ ਕਨਫਰਮ ਕਰਨਾ ਹੈ ਕਿ ਕਿੱਥੇ ਹੋਇਆ ਸੀ ਵੈਸੇ ਮੈਨੂੰ ਇਹਦਾ ਕਲੀਅਰ ਨਹੀਂ ਹੈਗਾ ਅੱਗੇ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈ ਨੈਕਸਟ ਭਾਗ ਐਡੇ ਦੇ ਵਿੱਚ ਤੁਹਾਨੂੰ ਭੂਗੋਲ ਦੇ ਜਿਹੜੇ ਕਿ ਫਿਲਪਸ ਆਣਗੇ ਇਹ ਵੀ ਫਿਲਪਸ ਬਹੁਤ ਇੰਪੋਰਟੈਂਟ ਨੇ ਬੱਚਿਓ ਧਿਆਨ ਨਾਲ ਜ਼ਰੂਰ ਕਰਿਓ ਧਰਤੀ ਤੇ ਡੈਸ਼ ਪਰਸੈਂਟ ਥਲ ਭਾਗ ਹੈ ਤਾਂ ਕਿੰਨੇ ਪਰਸੈਂਟ ਥਲ ਭਾਗ ਹੈ 29% ਤਾਂ ਤੁਸੀਂ ਕਿੰਨਾ ਲਗਾ ਕੇ ਆਣਾ ਹੈ 29% ਫਿਊਜ਼ੀਜ਼ਾਮਾ ਪਹਾੜ ਡੈਸ਼ ਵਿਕੇ ਸਥਿਤ ਹੈ ਤਾਂ ਕਿੱਥੇ ਸਥਿਤ ਹੈ ਜਪਾਨ ਵਿੱਚ ਠੀਕ ਹੈ ਤਾਂ ਤੁਸੀਂ ਕੀ ਆਨਸਰ ਲਗਾ ਕੇ ਆਣਾ ਜਪਾਨ ਧਰਤੀ ਤੇ 29% ਪਾਣੀ ਹੈ ਤਾਂ ਇਸ ਦਾ ਆਨਸਰ ਕੀ ਹੈ ਗਲਤ ਨੈਕਸਟ ਜਿਉਂ-ਜਿਉਂ ਪਹਾੜਾਂ ਦੇ ਉੱਪਰ ਚੜਦੇ ਹਾਂ ਤਾਪਮਾਨ ਘਟਦਾ ਜਾਂਦਾ ਹੈ ਤਾਂ ਇਸ ਦਾ ਆਨਸਰ ਹੈਗਾ ਸਹੀ ਠੀਕ ਹੈ ਨੈਕਸਟ ਦੇਖਦੇ ਆਪਾਂ ਛੋਟੇ ਉਤਰਾਵਲੇ ਵਾਤਾਵਰਣ ਤੋਂ ਕੀ ਭਾਵੇਂ ਜੋ ਵੀ ਸਾਡੇ ਆਲੇ-ਦੁਆਲੇ ਜੀਵ ਜੰਤੂ ਕੁਦਰਤੀ ਸਾਧਨ ਅਤੇ ਹਵਾ ਪਾਣੀ ਜੋ ਵੀ ਸਾਡੇ ਆਲੇ-ਦੁਆਲੇ ਸਾਨੂੰ ਦਿਖਾਈ ਦਿੰਦਾ ਹੈ ਸਾਡਾ ਸਾਰਾ ਕੀ ਹੈ ਵਾਤਾਵਰਨ ਹੈਗਾ ਵਾਤਾਵਰਨ ਜਿਹੜਾ ਕਿ ਭੌਤੀ ਖਲਾਤਾਂ ਦੇ ਕਰਕੇ ਬਦਲਦਾ ਰਹਿੰਦਾ ਹੈ ਤੇ ਇਸੇ ਕਰਕੇ ਇਸ ਦੇ ਵਿੱਚ ਅੰਤਰ ਹੁੰਦਾ ਹੈ ਭੂਮਧ ਰੇਖਾ ਦਾ ਤਾਪਮਨ ਕਿਉਂ ਵੱਧ ਹੁੰਦਾ ਹੈ ਭੂਮਧ ਰੇਖਾ ਦਾ ਤਾਪਮਨ ਤਾਂ ਵੱਧ ਹੁੰਦਾ ਹੈ ਕਿਉਂਕਿ ਸੂਰਜ ਦੀਆਂ ਸਿੱਧੀਆਂ ਕਿਰਨਾਂ ਜਿਹੜੀਆਂ ਹੈ ਕਿ ਭੂਮਧ ਰੇਖਾ ਤੇ ਪੈਂਦੀਆਂ ਹਨ ਤਾਂ ਉਸ ਕਰਕੇ ਉਸ ਦਾ ਤਾਪਮਨ ਜਿਹੜਾ ਕਿ ਵੱਧ ਹੁੰਦਾ ਹੈ ਅੱਗੇ ਵੱਡੇ ਉਤਰਾ ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਮਨੁੱਖ ਵਾਤਾਵਰਨ ਨੂੰ ਬਹੁਤ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਤੇ ਵੱਧਦੀ ਹੋਈ ਜਨਸੰਖਿਆ ਬਾਰੇ ਦੇ ਹਨ ਤੇ ਹੋਰ ਵੀ ਬਹੁਤ ਕੁਝ ਹੁੰਦੇ ਹੋ ਤੁਸੀਂ ਦੇਖ ਲਿਓ ਬੁੱਕ 'ਚ ਅੱਗੇ ਅਬਰਕ ਕੀ ਹੁੰਦਾ ਹੈ ਖਣਿਜ ਪਦਾਰਥ ਹੈ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਕੀ ਹੈ ਗੱਡੀਆਂ ਦਾ ਧੂਆਂ ਫੈਕਟਰੀਆਂ ਦਾ ਧੂਆਂ ਤੇ ਜ਼ਹਿਰੀਲੀਆਂ ਗੈਸਾਂ ਠੀਕ ਹੈ ਅੱਗੇ ਨਕਸ਼ੇ ਆਉਗੇ ਇਹ ਤੁਹਾਡੇ 8th ਕਲਾਸ ਦੇ ਜਿਹੜਾ ਕਿ 7th ਕਲਾਸ ਦੀ ਬੁੱਕ ਦੇ ਵਿੱਚ ਸਾਰੇ ਨਕਸ਼ੇ ਆਉਣਗੇ ਨਕਸ਼ੇ ਜ਼ਰੂਰ ਕਰਕੇ ਆਇਓ ਤੁਸੀਂ ਬਹੁਤ ਇੰਪੋਰਟੈਂਟ ਨੇ ਨੈਕਸਟ ਹੁਣ ਆਪਾਂ ਆ ਗਏ ਇਤਿਹਾਸ ਦੇ ਜਿਹੜੇ ਕਿ ਫਿਲਪਸ ਕਰਦੇ ਆਂ ਚੀਨਿਆ ਨੇ ਭਾਰਤ ਨੂੰ ਕਿਸ ਦਾ ਨਾਮ ਦਿੱਤਾ ਸੀਗਾ инду ਦਾ ਨਾਮ ਤਾਂ ਤੁਸੀਂ ਪੀਪਰ ਦੇ ਵਿੱਚ ਕੀ ਲਿਖ ਕੇ ਆਣਾ ਹੈ инду ਨੈਕਸਟ ਹੈਗਾ ਤਾਨसेन ਇੱਕ ਪ੍ਰਸਿੱਧ ਡੈਸ਼ ਸੀ ਤਾਂ ਕੀ ਸੀਗਾ ਸੰਗੀਤਕਾਰ ਤਾਂ ਤੁਸੀਂ ਇਸ ਦਾ ਆਨਸਰ ਕੀ ਲਿਖ ਕੇ ਆਣਾ ਹੈ ਸੰਗੀਤਕਾਰ ਨੈਕਸਟ ਹੈਗਾ ਮਹਦੂਦ ਗਜਨਵੀ ਨੇ ਭਾਰਤ ਦੇ 100 1021ਵੀਂ 1025ਵੀਂ ਤੱਕ 10 ਹਮਲੇ ਕੀਤੇ ਤਾਂ ਇਸ ਦਾ ਆਨਸਰ ਹੈਗਾ ਗਲਤ ਨੈਕਸਟ ਹੈ ਮੂਰ ਖਿਲਜੀ ਵੰਸ਼ ਦਾ ਸੰਸਥਾਪਕ ਸੀ ਗਲਤ ਨੈਕਸਟ ਦੇਖਦੇ ਆਪਾਂ ਛੋਟੇ ਉੱਤਰਾਂ ਵਾਲੇ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ ਤੇ ਕਿਸ ਕਾਲ ਨੂੰ ਰਾਜਪੂਤ ਕਾਲ ਵੀ ਕਿਹਾ ਗਿਆ ਹੈ ਤਾਂ ਪ੍ਰਾਚਨ ਕਾਲ ਜਿਹੜਾ ਕਿ ਪ੍ਰਾਚਨ ਕਾਲ ਹੋ ਸਕਦਾ ਤੇ ਇਸ ਆਨਸਰ ਵੈਸੇ ਮੈਨੂੰ ਕਲੀਅਰ ਨਹੀਂ ਹੈਗਾ ਤਾਂ ਤੁਸੀਂ ਦੇਖ ਲਿਓ ਅੱਗੇ ਨੈਕਸਟ ਆਪਾਂ ਦੇਖ ਲੈਂਦੇ ਆ ਕਿਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ 13ਵੀਂ ਸਦੀ ਵਿੱਚ ਤੱਕ ਉਹਨਾਂ ਨੇ ਰਾਜ ਕੀਤਾ ਸੀ ਤਾਂ 13ਵੀਂ ਸਦੀ ਵਾਲਿਆਂ ਨੂੰ ਕਿਹਾ ਜਾਂਦਾ ਹੈ ਤੇ ਇਹ ਅਸਵਿਚ ਕਿੰਨੇ ਯੁੱਗਾ ਵਿੱਚ ਵੰਡਿਆ ਗਿਆ ਤਿੰਨ ਯੁੱਗਾ ਵਿੱਚ ਵੰਡਿਆ ਸੀਗਾ ਕਿਹੜਾ ਕਿਹੜਾ ਸੀਗਾ ਪ੍ਰਾਚੀਨ ਤੇ ਮੱਧਕਾਲੀਨ ਤੇ ਆਧੁਨਿਕ ਠੀਕ ਹੈ ਇਹ ਤਿੰਨ ਕਾਲ ਲਿਖ ਕੇ ਆਣੇ ਆ ਵੈਸੇ ਮੈਨੂੰ ਤਾਂ ਇਹੀ ਲੱਗਦੇ ਨੇ ਤੇ ਤੁਸੀਂ ਦੱਸਣਾ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਤਿੰਨ ਯੁੱਗਾ ਵਿੱਚ ਵੰਡਿਆ ਗਿਆ ਸੀ ਕਿ ਇਸ ਕਾਲ ਨੂੰ ਰਾਜਪੂਤ ਕਾਲ ਕਿਹਾ ਗਿਆ ਸੀ 13ਵੀਂ ਸਦੀ ਨੂੰ ਰਾਜਪੂਤ ਕਾਲ ਕਿਹਾ ਗਿਆ ਸੀ ਅੱਗੇ ਵੱਡੇ ਆਉਂਗੇ ਮੁਹੰਮਦ ਗੋਰੀ ਨੇ ਭਾਰਤ 'ਤੇ ਹਮਲਾ ਕਿਉਂ ਕੀਤਾ ਸੀਗਾ ਵਿਦੇਸ਼ੀ ਯਾਤਰਾ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸਰੋਤ ਸੀਗੇ ਰਜਿੰਦਰ ਚੋਲ ਦੇ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ ਚੋਲ ਰਾਜਕਾਲੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਾਰੇ ਪੜ੍ਹੋ ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ ਅਕਬਰ ਦੀਆਂ ਜਿੱਤਾਂ ਬਾਰੇ ਤੁਸੀਂ ਲ ਨਾਗਰੀਕ ਸ਼ਾਸਤਰ ਦਾ ਭਾਰਤ ਇੱਕ ਲੋਕਤੰਤਰੀ ਡੈਸ਼ ਹੈ ਦੇਸ਼ ਹੈ ਤਾਂ ਤੁਸੀਂ ਇਸ ਦਾ ਆਨਸਰ ਕੀ ਲਿਖ ਕੇ ਆਓਗੇ ਲੋਕਤੰਤਰੀ ਦੇਸ਼ ਹੈ ਅਗੇ ਰਾਜ ਸਰਕਾਰ ਦਾ ਨਾਮ ਆਤਰ ਮੁਖੀ ਡੈਸ਼ ਹੁੰਦਾ ਹੈ ਤਾਂ ਕੌਣ ਹੁੰਦਾ ਹੈ ਰਾਸ਼ਟਰਪਤੀ ਤਾਂ ਤੁਸੀਂ ਕੀ ਲਿਖ ਕੇ ਆਓਗੇ ਰਾਸ਼ਟਰਪਤੀ ਲੋਕਤੰਤਰ ਦਾ ਆਮ ਬਰ ਅਮਰੀਕਾ ਵਿੱਚ ਹੋਇਆ ਸੀਗਾ ਤਾਂ ਇਸ ਦਾ ਆਨਸਰ ਕੀ ਹੈ ਗਲਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1925 ਵਿੱਚ ਹੋਈ ਸੀ ਜਿੰਦਾ ਵੀ ਆਨਸਰ ਕੀ ਹੈ ਗਲਤ ਠੀਕ ਹੈ ਤਾਂ ਨੈਕਸਟ ਛੋਟੇ ਉੱਤਰਾਂ ਵਾਲੇ ਦੇਖਦੇ ਆਂ ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਸਥਾਪਿਤ ਹੋਈ ਸੀ ਲੋਕਤੰਤਰ ਯੂਨਾਨ ਦੇ ਵਿੱਚ ਨੈਕਸਟ ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ ਕਿ ਹਰ ਇੱਕ ਜਿਹੜਾ ਕਿ ਵਿਅਕਤੀ ਹੈਗਾ ਉਸ ਉਸ ਨੂੰ ਵੋਟ ਪਾਣ ਦਾ ਜਿਹੜਾ ਕਿ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਪੇਧ ਭਾਵ ਤੋਂ ਪੇਧ ਭਾਵ ਜ਼ਰੂਰ ਵਰਡ ਲਿਖ ਕੇ ਆਣਾ ਹੈ ਪੇਧ ਭਾਵ ਤੋਂ ਕਿਸੇ ਨੂੰ ਵੋਟ ਪਾਣ ਦਾ ਅਧਿਕਾਰ ਮਿਲਦਾ ਹੈ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ ਬਾਲਗ ਮਤ ਅਧਿਕਾਰ ਤਾਂ ਤੁਸੀਂ ਪੇਪਰ ਦੇ ਵਿੱਚ ਇਸ ਨੂੰ ਜ਼ਰੂਰ ਦੱਸ ਕੇ ਆਣਾ ਨੈਕਸਟ ਵੱਡੇ ਕੁਐਸਚਨ ਜਿਹੜੇ ਆ ਰਹੇ ਨੇ ਤੁਹਾਨੂੰ ਉਹ ਅਗੇ ਗੁਪਤ ਮਤਦਾਨ ਦਾ ਕੀ ਪਾਉਂਦਾ ਇਸ ਦਾ ਕੀ ਮਤਵ ਹੁੰਦਾ ਰਾਜਨੀਤਿਕ ਦਲਾਂ ਦੇ ਕੋਈ ਦੋ ਕੰਮ ਦੱਸਣੇ ਲੋਕਤੰਤਰੀ ਸਰਕਾਰ ਦੇ ਦੋ ਵਇਸਤਾ ਕਿ ਉਹ ਹਰੇਕ ਜਿਹੜੇ ਕਿ ਵਿਅਕਤੀ ਦੇ ਪੱਖ ਵਿੱਚ ਜਿਹੜੇ ਕਿ ਉੱਤਰ ਲੈਂਦੀ ਹੈ ਤੇ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ ਤਾਂ ਹਰਮਨ ਪਿਆਰੀ ਕਿਉਂ ਹੈ ਕਿਉਂਕਿ ਉਹਨਾਂ ਨੇ ਇਨੇ ਸੁਧਾਰ ਕੀਤੇ ਨੇ ਸਕੀਮਾਂ ਲੈ ਕੇ ਆਏ ਨੇ ਤਾਂ ਇਸ ਕਰਕੇ ਜਿਹੜੀ ਕਿ ਉਹ ਸਾਡੇ ਯੁੱਗ ਦੇ ਲਈ ਵੀ ਹੋ ਹੈਗੀ ਤੇ ਨੈਕਸਟ ਬੱਚਿਓ ਮੈਂ ਇੱਕ ਦੱਸਣਾ ਸੀਗਾ ਤੇ ਆ ਜਿਹੜੇ ਤੁਹਾਨੂੰ ਨਕਸ਼ਾ ਹੈਗਾ ਹੈ ਭਾਰਤ ਦਾ ਤੁਸੀਂ ਨਕਸ਼ਾ ਲੈ ਕੇ ਜਾਣਾ ਉਸ ਦੇ ਵਿੱਚ ਜਿਹੜਾ ਜਲੋੜ ਮਿੱਟੀ ਦਾ ਕਾਲੀ ਮਿੱਟੀ ਲਾਲ ਮਿੱਟੀ ਪर्वਤੀ ਮਿੱਟੀ ਫਸਟ ਇਹਦੇ ਵਿੱਚ ਫਿਰ ਇਹ ਦੇਖਣ ਨੂੰ ਮਿਲਦਾ ਹੈ ਕਿ ਤੁਸੀਂ ਮਿੱਟੀ ਵਾਲੇ ਜਿਹੜੇ ਵੀ ਏਰੀਏ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਕੋਈ ਪੰਜ ਏਰੀਏ ਚੰਗੀ ਤਰ੍ਹਾਂ ਯਾਦ ਕਰਕੇ ਚੱਲ ਜਿਓ ਬੱਚਿਓ ਠੀਕ ਹੈ ਤਾਂ ਜੋ ਜਿਹੜਾ ਤੁਸੀਂ ਕਰਕੇ ਆ ਸਕੋ ਨੈਕਸਟ ਆਪਾਂ ਦੇਖਦੇ ਹਾਂ ਹੁਣ ਹੋਰ ਕਿਹੜਾ ਆ ਰਿਹਾ ਹੈ ਫਿਰ ਸੋਨਾ ਪੈਦਾ ਕਰਨ ਵਾਲਾ ਤੁਸੀਂ ਇੱਕ ਪੜ ਕੇ ਚੱਲ ਜਿਓ ਕੋਲਾ ਵਾਲਾ ਤੇ ਕਬਰਗ ਵਾਲਾ ਮਤਲਬ ਇੱਕ ਤਾਂ ਮਿੱਟੀ ਦੇ ਪ੍ਰਤੀ ਆ ਰਿਹਾ ਹੈ ਪੇਪਰ 1 ਜਿਹੜਾ ਕੀ ਕੁਦਰਤੀ ਸਾਧਨਾਵਾਂ ਦਾ ਆ ਰਿਹਾ ਤਾਂਬਾ ਵਾਲਾ ਠੀਕ ਹੈ ਦੇਖੋ ਮਿੱਟੀ ਤਾਂ ਰੇਤਲੀ ਮਿੱਟੀ ਤਾਂ ਆਈ ਰਹੀ ਹੈ ਕੋਈ ਪੰਜ ਮਿੱਟੀਆਂ ਕੱਢੋ ਜਿਵੇਂ ਲੋੜ ਕਾਲੀ ਲਾਲ ਤਾਂ ਪੱਕਾ ਹੀ ਆਜੂਗੀ ਠੀਕ ਹੈ ਅਗੇ ਮੈਗਨੈਟਸ ਪੈਦਾ ਕਰਨ ਵਾਲਾ ਖੇਤਰ ਵੀ ਹੁਣ ਤੁਸੀਂ ਇਹ ਵਾਲੇ ਜਿਹੜੇ ਤੁਹਾਡੇ ਕੀ ਉਹਦੇ ਚਾਰੇ ਕੁਦਰਤੀ ਸਾਧਨਾਵਾਂ ਆ ਰਹੇ ਮੇਰੇ ਮੰਨੋਂ ਤਾਂ ਤੁਸੀਂ ਬੱਚੋ ਕੋਈ ਪੰਜ ਮਿੱਟੀ ਵਾਲੇ ਦੇਸ਼ ਚੰਗੀ ਤਰ੍ਹਾਂ ਯਾਦ ਕਰ ਜਿਓ ਤਾਂ ਜੋ ਤੁਹਾਨੂੰ ਨਕਸ਼ੇ ਦੇ ਵਿੱਚੋਂ ਹੀ ਮਾਰਕਸ ਮਿਲ ਜਾਣ ਕਿਉਂਕਿ ਤੁਹਾਨੂੰ ਪਤਾ ਹੈ ਕਈ ਵਾਰੀ ਕੁਐਸਚਨ ਤੁਹਾਨੂੰ ਨਹੀਂ ਯਾਦ ਰਹਿੰਦੇ ਪਰ ਨਕਸ਼ੇ ਦੇ ਵਿੱਚੋਂ ਨੰਬਰ ਮਿਲ ਜਾਂਦੇ ਛੱਡ ਕੇ ਨਾ ਜਾਇਓ ਤਾਂ ਇਹ ਤੁਹਾਡਾ ਪੇਪਰ ਸੀਗਾ ਜਿਹੜੇ ਬੱਚਿਆਂ ਨੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਤੇ ਵਧੀਆ ਲੱਗਿਆ ਕਮੈਂਟ ਕਰਕੇ ਦੱਸਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ